ਅਮਮੁਅਲੈਕਮ ਦੋਸਤੋ ਅੱਜ ਜਨਾਬ ਪਹੁੰਚੇ ਹਨੀਲੀ ਦਰਿਆ ਸਤਲੁਜ ਤੇ ਭਾਈ ਆਸਿਫ ਅਜਾਜ਼ ਚੰਨੜ ਦੇ ਡੇਰੇ ਤੇ ਤੇ ਇਨਾਂ ਕੋਲੇ ਜਿਹੜੇ ਜਾਨਵਰ ਨੇ ਨਾ ਘਰੇਲੂ ਪਰ ਕਿਆ ਹੀ ਬਾਤਾਂ ਨੇ ਜਿੰਨੇ ਮੇਰੇ ਸ਼ੁਕੀਨ ਨਜ਼ਰਾਤ ਸ਼ੌਕ ਕਰਦੇ ਨੇ ਨੀਲੀ 바ਰ ਦੇ ਉਹਨਾਂ ਨੂੰ ਸ਼ੌਕ ਕਰਾਣ ਲੱਗੇ ਆ ਇੱਕ ਜਨਾਬ ਚੋਟੀ ਜਿਹੜੀ ਇਨਾਂ ਕੋ ਪ੍ਰੈਗਨੈਂਟ ਹੈ ਤੇ ਪਸੰਦ ਬੜੀ ਆਈ ਮੈਂ ਕਿਹਾ ਜਿਹੜੇ ਮੇਰੇ ਵੀਰ ਸ਼ੁਕੀਨ ਨਜ਼ਰਾਤ ਨੇ ਉਹਨਾਂ ਨੂੰ ਵੀ ਸ਼ੌਕ ਕਰਾਈਏ ਬਾਕੀ ਸਦਾ ਬਾਦਸ਼ਾਹੀ ਉਹ ਸੋਨੇ ਰੱਬ ਦੀ ਤੇ ਉਹਦਾ ਹੀ ਨਾ ਹੈ ਜਿੰਨੇ ਅਜੇ ਅਨਮੋਲ ਹੀਰੇ ਬਣਾਏ ਨੇ ਤਾਰੀਖ ਅੱਜ 20 5ਵਾਂ ਮਹੀਨਾ 2024 ਤੇ ਹਫਤੇ ਦਾ ਦਿਨ ਹੈ ਸੋਮਵਾਰ ਸੋਮਵਾਰ ਜਨਾਬ ਤੇ ਇਨਸ਼ਾਅੱਲਾਹ ਤਾਲਾ ਤੁਹਾਨੂੰ ਝੋਟੀ ਬਖਾਨੀ ਜਿਹੜੇ ਸ਼ਕੀਨ ਮੇਰੇ ਵੀਰ ਨੇ ਸ਼ੌਕ ਕਰਦੇ ਨੇ ਕਿ ਆ ਅੱਲਾਹ ਪਾਕ ਨੇ ਇਹਨੂੰ ਹਸਨ ਦਿੱਤਾ ਹੈ ਤੇ ਤੁਹਾਨੂੰ ਦਿਲ ਦੀ ਗੱਲ ਦੱਸਾਂ ਕਿ ਇਹ ਜੀ ਚੀਜ਼ ਦਾ ਮੈਂ ਵੀ ਬੜਾ ਸ਼ਕੀਨ ਆ ਇਹਦਾ ਨਾ ਕੁਦਰਤ ਦਾ ਨਿਜ਼ਾਮ ਹੈ ਕਿ ਇੱਕ ਸਿੰਘ ਚੂਰਕੁੰਡਾ ਤੇ ਇੱਕ ਕੀ ਟੇਲਾ ਸਾਦੇ ਜੇ ਮੀਨਾ ਟੇਲਾ ਮੀਨਾ ਜਿਹੜਾ ਇਹਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ ਤੇ ਇਹ ਜਾਂ ਜਾਨਵਰ ਸਿਆਣਿਆਂ ਦੀ ਹਕਾਤਾ ਬਣੀਆਂ ਨੇ ਕਿ ਦਰਿਆਵਾਂ ਪਾਰ ਵੀ ਮੈਂ ਜਿਹੜੀ ਢੇਲੀ ਖਲੋਤੀ ਹੋਵੇ ਨਾ ਲੋ ਅੱਲਾਹ ਤਾਲਾ ਨਾ ਲਾਣੀਆਂ ਕਰਦਾ ਤੇ ਬਰਕਤ ਪਾਉਂਦਾ ਕੋਈ ਜਾਨਵਰ ਹੀ ਇਹ ਜਾਂ ਮਾਸ਼ਾ ਅੱਲਾ ਸੁਭਾਨ ਅੱਲਾ ਤੇ ਜਿਹੜੀ ਥੱਲੋ ਪ੍ਰੈਗਨੈਂਟ ਹੈ ਮਾਸ਼ਾ ਅੱਲਾ ਉਹ ਵੀ ਤੁਹਾਨੂੰ ਵਹਾਣੇ ਚੱਡੇ ਦੀ ਸਪੇਸ ਜਗਾ ਕਮਾਲ ਦੀ ਹੈ ਥੱਲੋ ਇਨਸ਼ਾ ਅੱਲਾ ਤਾਲਾ ਅੱਛਾ ਭਾਈ ਆਸਿਫ ਤੇਰੇ ਨਾਲ ਸਾਰੀ ਗੱਲ ਬਾਤ ਹੋਏਗੀ ਕਾਬਰ ਨਾ ਇਹਨੂੰ ਕਮਾ ਕੇ ਦਾ ਦੂਸਰਾ ਮੀਨ ਵਾਲੀ ਸਾਈਡ ਵੀ ਵਹਾਵੇਂ ਨਾ जनाਬے تھے اندازہ ਲਾਣਾ بالکل جی <th>ਨੀ کوڑی دا نشان کونی تے کٹی ہے ماشاءاللہ سبحان اللہ تے ਥੱਲੋਂ ਵੀ جناب ਜਿਹੜੇ ਨਾ پورے ਮੇਲੇ ਲਾ ਦੇਗੀ انشاءاللہ تعالی ਥੱਲੋਂ ਜਗਾ ਵੇਖਣੀ ਕਮਾਲ ਦਾ ਜੀ ਕੱਲਾ ਕੱਲਾ ਥਾਣੇ ਤੇ ਪੂਰਾ ਰੁਗ ਰੁਗ ਦਾ ਭਾਈ ਆਸਮ ਜາດ ਪੈਰੋਂ ਕੱਢ ਦੇਣਾ ਥੋੜਾ ਜ ਟੂਰ ਫੇਰ ਕੇ ਵਿਹਾਈਏ ਤੇ ਮੈਨੂੰ ਬਿਸਮਿਲ੍ਲਾ ਰਾਮ ਨਾ ਥੋੜਾ ਕਾਬਰਦੀ ਪਈ ਕੋਨੀ ਐਂ ਐਂ ਇਧਰ ਨੂੰ ਜਾਣ ਦੇ ਇਥੇ ਜੀ ਅੰਦਾਜ਼ਾ ਲਾਣਾ ਜਿਹੜੀ ਥੱਲੋ ਜਗਾ ਵਾਲੀ ਗੰਜائش ਇਹਨਾਂ ਕਮਾਲ ਦੀ ਹੈ ਜੀ ਮਾਸ਼ਾਅੱਲਾ ਤੇ ਬੜੀ ਸਾਫ਼ ਸੁਥਰੀ ਪਈ ਆਸਫੇਦ ਨੂੰ ਮੋੜ ਕੇ ਲਿਆਓ ਚਾਰੇ ਥਣਾਂ ਦੀ ਵਨ ਡੈਮੇਜ ਜਿਵੇਂ ਪੀੜੀ ਦੇ ਪਾਵੇ ਹੁੰਦੇ ਨੇ ਕੱਲਾ ਕੱਲਾ ਇੱਥੇ ਆ ਕੇ ਤੇ ਜਨਾਬ ਅਖੀਰ ਹੀ ਹੋ ਗਈ ਮਾਸ਼ਾਅੱਲਾ ਕਿਆ ਬਾਤ ਹੈ ਜੀ ਪੂਰੀ ਹੁਸਨ ਦੀ ਬਾਦਸ਼ਾਹ ਹਾਂ ਜੀ ਅਸਲਾਮੁਅਲੈਕਮ ਭਾਈ ਆਸਫ ਜਾਜ਼ ਕੀ ਹਾਲ ਚਾਲ ਨੇ ਸਿਹਤ ਤਬੀਅ ਠੀਕ ਹੈ ਅਲਹਮਦੁਲਿਲਾਹ ਇੱਥੇ ਨੂੰ ਜਾਣਦੇ ਹੋਗਾ ਖੁਰਲੀ ਦੇ ਨਾ ਹਾਂ ਜਨਾਬ ਛੇੜਦੀਆਂ ਮੱਜਾਂ ਨੇ ਤੇ ਬਾੜੇ ਦੇ ਵਿੱਚ ਹੀ ਸਾਰਾ ਦਿਨ ਰਹਿੰਦੀਆਂ ਨੇ ਪੈਰ ਸੋਹਣੇ ਤੇ ਥੱਲੋਂ ਆਪਣਾ ਆਜਾਜ਼ ਕਿਵੇਂ ਥਣ ਕਿੱਥੇ ਕਿੱਥੇ ਰੱਖੇਗੀ ਅੱਛਾ ਹਾਂਜੀ ਭਾਈ ਆਸਿਫ ਸੁਣਾਓ ਬਾਬਾ ਸਿਹਤ ਤਬੀਅਤ ਉੱਚੀ ਬੋਲਣਾ ਮੈਂ ਕੁੰਨੀ ਮੇਰੀ ਤੇਰੀ ਆਵਾਜ਼ ਜਿਹੜੀ ਨਾ ਵਿੱਚ ਕਲੀਅਰ ਆਵੇ ਅੱਛਾ ਹੋਰ ਸਭ ਖੈਰ-ਖੈਰੀ ਐ ਤੇ ਬਕਰਾਂ ਸਾ ਤਾਨੂੰ ਫੋਨ ਕਰ ਕਰਕੇ ਦੋ ਮੱਚਾ ਬੜੀਆਂ ਤਿਆਰ ਹਨ ਅੱਛਾ ਬੜੇ ਵੱਡੇ ਜੋੜਾਂ ਦੀਆਂ ਹੂੰ 16 ਲੱਖ ਦਾ ਜੋੜਾ ਸੇਰ ਕੀਤਾ ਉਹ ਤੁਹਾਨੂੰ ਤਾਂ ਕਾਫੀ ਫੋਨ ਕੀਤੇ ਲੇਕਾ ਤੁਸੀਂ ਫਿਰ ਜਨਾਬ ਬਸ ਯਾਰ ਭਾਈ ਆਸਮ ਐਵੇਂ ਨਾ ਬੀਜ਼ੀ ਰਹਾ ਤੇ ਮੇਰੇ ਕੋ ਪਹੁੰਚਿਆ ਨਹੀਂ ਗਿਆ ਤੇ ਅੱਜ ਮੈਂ ਪਹੁੰਚਿਆ ਤੇ ਤੁਮ ਮੱਝਾ ਦੋਈ ਦੇ ਲਈਆਂ ਨੇ ਆਹ ਹਾਂ ਜੀ ਤੇ ਮੈਂ ਕਿਹਾ ਚਲੋ ਆ ਵੀ ਸ਼ੌਕ ਕਰਾ ਦਈਏ ਜਿਹੜੇ ਸ਼ਕੀਨ ਅਜ਼ਰਾਤ ਨੇ ਐ ਅੱਛਾ ਦੱਸੋ ਇਹਦੇ ਮੁਤਲਕ ਇਹਦੇ ਥਣਾ ਥੂਣਾ ਦੀ ਵਾਂਡ ਸ਼ਾਂਟ ਸੋਹਣੀ ਹੈ ਭਾਈ ਜੀ ਸਾਰਾ ਦੋਸਤ ਨੂੰ ਕੈਮਰੇ ਨਜ਼ਰ ਕਰਾਓ ਇਧਰ ਮੇਰੇ ਨਾਲ ਆ ਜਾ ਅੱਛਾ ਹਾਂ ਕੈਮਰੇ ਦੀ ਨਜ਼ਰ ਹਰ ਚੀਜ਼ ਵਹਾਈ ਜਾਣੇ ਸੇਰਤੋ ਲਾਇਆ ਕਿ ਪੈਰਾਂ ਤੱਕ ਵੇਖ ਚੋਟੀ ਕਿਦੂ ਨਾ ਧੁੰਨੀ ਨਾ ਕੋੜੀ ਅੱਛਾ ਇੱਕ ਸਿੰਘ ਬਿਲਕੁਲ ਚੂਰ ਕੁਡਾ ਜਿੱਥੋਂ ਲਾ ਕੱਢੇ ਸੁੱਥੇ ਵੇ ਚਲਾ ਜਾਵੇ ਅੱਛਾ ਦੂਸਰਾ ਸਿੰਘ ਮੀਣਾ ਬਿਲਕੁਲ ਚੱਪੇ ਰਸਿੰਗ ਹੈ ਜੀ ਅੱਛਾ ਕਿੰਨੇ ਕੁ ਦਿਨ ਲੈ ਜਾਵੇ ਇਹ ਪੰਜੀ ਦੇ ਲੈ ਜਾਵੇ 20 ਦੇ ਮਹੀਨਾ ਲੈ ਜਾਵੇ ਜੀ ਇਤਨਾ ਹੀ ਹੈ ਤੁਹਾਨੂੰ ਪਤਾ ਬੇਟਾ ਤੱਕ ਹੀ ਲਿਖੀਆਂ ਨੇ ਸਹੀ ਹੋ ਗਿਆ ਬਾਕੀ ਮੁੰਜੀ ਨੇ ਗਾਰ ਦਾ ਬਰੀਡਾਰੇ ਤੇ ਮਾਸ਼ਾਅੱਲਾ ਹਾਂ ਢੀਆਂ ਉੱਡੀਆਂ ਸੋਹਣੀਆਂ ਨੇ ਥਣ ਸੋਹਣਾ ਲੱਗਿਆ ਇੱਥੇ ਠੱਲਿਆ ਜੇ ਮੈਂ ਥਣ ਵਹਾਰ ਨਾ ਮਾਸ਼ਾਅੱਲਾ ਜੀ ਇੱਥੇ ਅੰਦਾਜ਼ਾ ਲਾਣਾ ਚਾਰਾਂ ਪਾਸੇ ਸ ਇਨਸ਼ਾਅੱਲਾ ਤਾਲਾ ਜਿਹੜੇ ਮੇਰੇ ਵੀਰ ਸ਼ਕੀਨ ਨੇ ਨੋਨਾਸ ਤੇ ਅੱਜ ਦਾ ਤੇ ਆਪ ਆਸਫ ਜਾਦ ਰਾਜ ਸਾਹਿਬ ਦੀ ਬਹੁਤ ਬੜੀ ਨਿਗਾਹ ਹੋਦੀਆਂ ਨੇ ਹਾਂਜੀ ਦੇਖਾ ਦੇਖ ਸਿੰਘ ਗੋਲ ਜੀ ਅੱਛਾ ਬੜਾ ਨਯਾਬ ਹੀ ਰਹਿ ਜੀ ਹੀ ਰਹਿ ਹਾਂਜੀ ਇਹ ਤਾਂ ਮੈਂ ਗੱਲ ਸਮਝਣਾ ਹੁਣ ਵੇਖਣ ਵਾਲਿਆਂ ਨੇ ਵੀ ਵੇਖ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਵਾਕਿਆ ਹੀ ਰਹਿ ਹੈ ਉਸ ਤੋਂ ਨੇ ਲੈਣੀਆਂ ਨੇ ਜਿਹੜੇ ਗੱਲ ਸਮਝਦੇ ਨੇ ਸਮਝਦੇ ਨੇ ਹਾਂ ਲਓ ਜੀ ਥੱਲੋਂ ਵੀ ਇਨਸ਼ਾਅੱਲਾ ਤਾਲਾ ਨਾ ਅੰਸਰ ਚੰਗਾ ਮદાન ਮਾਰੇਗੀ ਅੱਛਾ ਮੇਰੀ ਤੇ ਬਟਾ ਲੱਗੇ ਉੱਤੇ ਜਨਾਬ ਸੂਤ ਬਿਲਕੁਲ ਥੱਲੇ ਲੱਗੇ ਨੇ ਸੂਤ ਜਾਣ ਤੋਂ ਪਰਨ ਜਾਣ ਤੋਂ ਕੋਈ ਨਹੀਂ ਅੱਛਾ ਲੇਵਾ ਇਨਸ਼ਾ ਅੱਲਾਹ ਲਬਾਸ ਕੀ ਇਹਦਾ ਆਸਫ ਕੀ ਲੇਖਾ ਸ਼ੇਖਾ ਇਹਦਾ ਹੈ ਮਾਜ ਦਾ ਕੀ ਲੇਖਾ ਲਗਾ ਹੈ ਸਾਹਿਬ ਅੱਛਾ ਤੇ ਦੋ ਸ਼ੌਕ ਕਰੇਗਾ ਤੇ ਕਹਾ ਦਿੱਤਾ ਇਹ ਜਮਾਜ ਦਾ ਮੁੱਲ ਨਹੀਂ ਹੁੰਦਾ ਅੱਛਾ ਹਾਂਜੀ ਜਿਹੜਾ ਕੋਈ ਸ਼ਕੀਨ ਹੋਇਆ ਉਹਦੇ ਨਾਲ ਕਰਾਂਗੇ ਨਹੀਂ ਦੋਸਤੋ ਸ਼ੌਕ ਕਰਾ ਰਿਹਾ ਸਾਹਿਬ ਤੇ ਬਾਕੀ ਹੂੰ ਇਹੋ ਜੀ ਮੈਂ ਤਾਂ ਕਿਹਾ ਮੋਲ ਚੱਲ ਜਾਣ ਦਿਓ ਬਾ ਠੀਕ ਹੈ ਬੰਨੋ ਸੁਮਾ ਮਾਸ਼ਾ ਅੱਲਾ ਆਰ ਚੀ ਦੇ ਦੀ ਨਜ਼ਰ ਆ ਗਈ ਲਓ ਜੀ ਜਿਹੜੇ ਸ਼ਕੀਨ ਹਜ਼ਰਤ ਨੇ ਉਹਨਾਂ ਨੇ ਰਾਬਤਾ ਕਰਨਾ ਹੈ ਅੱਲਾ ਦੇ ਹੁਕਮ ਨਾਲ ਨਾਲ ਤੁਹਾਨੂੰ ਜਿਹੜਾ ਨਾ ਅੱਜ ਬ੍ਰਾਂਡ ਵਿਖਾਇਆ ਹੈ ਨੀਲੀ ਬਾਰ ਦਾ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਖਬ ਅਲੀ ਨੂੰ ਇਜਾਜ਼ਤ ਦਿਓ ਅੱਲਾਹ হাফেজ ਜੀ